ਰੇਲਵੇ ਦੇ ਉੱਚ ਅਧਿਕਾਰੀ ਪਹੁੰਚੇ ਕੋਟਕਪੁਰਾ ਰੇਲਵੇ ਸਟੇਸ਼ਨ। ਰੇਲਵੇ ਸਟੇਸ਼ਨ ਦਾ ਲਿਆ ਜਾਇਜ਼ਾ। ਰੇਲਵੇ ਸਟੇਸ਼ਨ 'ਤੇ ਆ ਰਹੀਆਂ ਮੁਸ਼ਕਲਾਂ ਜਲਦ ਹੀ ਕੀਤੀਆਂ ਜਾਣਗੀਆਂ ਹਨ। ਕੋਟਕਪੁਰਾ ਦੇ ਰੇਲਵੇ ਸਟੇਸ਼ਨ 'ਤੇ ਉੱਚ ਅਧਿਕਾਰੀ DRM ਮੈਡਮ ਸੀਮਾ ਸ਼ਰਮਾ ਪਹੁੰਚੇ। ਉਹਨਾਂ ਨੇ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਅਤੇ ਯਾਤਰੀਆਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਵੱਲ ਵੀ ਧਿਆਨ ਦਿੱਤਾ। ਉਹਨਾਂ ਕਿਹਾ ਕਿ ਇਹ ਮੁਸ਼ਕਲਾਂ ਬਹੁਤ ਜਲਦੀ ਦੂਰ ਕਰ ਦਿੱਤੀਆਂ ਜਾਣਗੀਆਂ। ਦੇਖੋ ਨਵਜੀਵਨ ਸ਼ਰਮਾ ਦੀ ਖਾਸ ਰਿਪੋਰਟ। ਕਾਫੀ ਐਪਲੀਕੇਸ਼ਨਾਂ ਜਿਹੜੀਆਂ ਟਾਈਮ ਟੂ ਟਾਈਮ ਸ਼ਹਿਰ ਵਾਸੀਆਂ ਵੱਲੋਂ ਦਿੱਤੀਆਂ ਜਾਂਦੀਆਂ ਰਹੀਆਂ। ਜਿਹੜੀਆਂ ਪੁਰਾਣੀਆਂ ਲੋਕਲ ਮੰਗਾਂ ਸੀਗੀਆਂ, ਜਿਵੇਂ ਸਾਡੇ ਰੈਂਪ ਹੈ ਨਹੀਂ ਇੱਥੇ, ਜੋ ਬਜ਼ੁਰਗ ਅਤੇ ਲੇਡੀਜ਼ ਨੂੰ ਚੜ੍ਹਨ 'ਤੇ ਮੁਸ਼ਕਲ ਹੁੰਦੀ ਹੈ, ਇੱਥੇ ਕੰਟੀਨ ਹੈ ਨਹੀਂ। ਇੱਥੇ ਜਿਹੜੇ ਜਦੋਂ ਗੱਡੀ ਆਉਂਦੀ ਹੈ 50 ਮੀਲ ਇੱਕ ਇੰਡੀਕੇਸ਼ਨ ਮਾਰਕਸ ਹੁੰਦੇ ਆ, ਇਹ ਸਕਰੀਨ ਡਿਸਪਲੇ ਜਿਹਨੂੰ ਕਹਿੰਦੇ ਹੈਗੇ ਆ, SNS ਵੀ ਪਤਾ ਲੱਗ ਜਾਂਦਾ ਡੱਬਾ ਇੱਥੇ ਆ, ਉਹਦੀ ਗੱਲ ਕੀਤੀ ਹੈ ਅਸੀਂ। ਕੁਛ ਗੱਡੀਆਂ 'ਤੇ ਸਟੋਪੇਜ ਹੈ ਨਹੀਂ, ਦੁਰਗ ਦਾ ਹੈ ਨਹੀਂ, ਅਤੇ ਇਹਦਾ ਮਾਤਾ ਵੈਸ਼ਨੋ ਦੇਵੀ ਦਾ ਕਟੜੇ ਦਾ ਹੈ ਨਹੀਂ, ਇਹਦਾ ਸੀਗਾ ਡੇਲੀ ਕਰਨ ਦੀਆਂ ਕੁਛ ਮੰਗਾਂ ਸੀਗੀਆਂ। ਇਹ ਮੰਗਾਂ ਅਸੀਂ ਵਿਚਾਰੀਆਂ ਸੀਗੀਆਂ, ਮੇਰੇ ਨਾਲ ਚੇਅਰਮੈਨ ਸਾਹਿਬ ਐਡਵੋਕੇਟ ਜਗਦੀਸ਼ ਪ੍ਰਸਾਦ ਵੀ ਸੀਗੇ, ਮਿੱਤਲ ਸਾਹਿਬ ਵੀ ਸੀਗੇ, ਜਨਰਲ ਸੈਕਟਰੀ ਸ਼ਰਮਾ ਜੀ ਵੀ ਸੀਗੇ। ਅਸੀਂ ਇਹ ਗੱਲਾਂ ਰੱਖੀਆਂ, ਮੈਡਮ ਮੰਨ ਗਏ। ਅੱਜ ਅਸੀਂ ਕਿਹਾ ਵੀ ਜਾਣ ਲੱਗਿਆ ਕੁਛ ਨਾ ਕੁਛ ਸਾਨੂੰ ਦੇ ਕੇ ਜਾਓ, ਵੀ ਕੰਟੀਨ 6 ਸਾਲ 7 ਸਾਲ ਹੋ ਗਏ ਕੰਟੀਨ ਵਾਸਤੇ ਕਹਿ ਗਏ ਵੀ ਕੰਟੀਨ ਵਿਜਿਟ ਕੀਤਾ। ਉਹ ਜਿੱਥੇ ਆਪਣੇ ਪਲੇਟੀ ਹੈਗੀ ਆ, ਉਹ ਮੁਕਤਸਰ ਰੋਡ ਵਾਲੇ ਸਾਈਡ 'ਤੇ, ਉਹ ਵੀ ਦਿਖਾਈ ਆ, ਉਹ ਵੀ ਗੱਲ ਕੀਤੀ ਹੈ ਵੀ ਇਹਦੇ ਨਾਲ ਬਿਮਾਰੀਆਂ ਫੈਲਦੀਆਂ ਹੈਗੀਆਂ। ਗੱਲ ਇਹ ਹੈ ਬਈ, ਅਫਸਰ ਤਾਂ ਚਾਹੁੰਦਾ, ਜਿਹੜੇ ਥੱਲੜੇ ਅਫਸਰ ਹੈ ਨਾ, ਉਹ ਆਪਦਾ ਚੰਮ ਬਚਾਉਣ ਵਾਸਤੇ ਗੁੰਮਰਾਹ ਕਰ ਦਿੰਦੇ ਕਈ ਵਾਰੀ ਮੁਲਾਜ਼ਮਾਂ ਨੂੰ, ਆਪਣੇ ਅਫਸਰਾਂ ਨੂੰ। ਅਤੇ ਉਹਨਾਂ ਨੂੰ ਚਾਹੀਦਾ ਹੈਗਾ, ਇਹ ਰੇਲਵੇ ਕੋਲ ਬਹੁਤ ਪੈਸਾ, 2.5 ਕਰੋੜ ਦੀ ਜਿਹੜੀ ਰੋਜ਼ ਲੋ ਜਿਹੜੇ ਪੈਸੰਜਰ ਹੈ ਉੱਤਰਦੇ ਅਤੇ ਚੜ੍ਹਦੇ ਆ, ਬਹੁਤ ਵੱਡਾ ਜਿਹੜਾ ਹੈਗਾ ਇੱਕ ਨੈਟਵਰਕ ਹੈਗਾ ਰੇਲਵੇ ਦਾ, ਪੈਸਾ ਤਾਂ ਬਹੁਤ ਹੈ ਰੇਲਵੇ ਕੋਲ, ਠੀਕ ਕਰਨਾ ਚਾਹੀਦਾ ਉਹਨਾਂ ਨੂੰ। ਠੀਕ ਹੈ ਕਿ ਆਪ ਜਿਸ ਚੀਜ਼ ਕੀ ਬਾਤ ਕਰ ਰਹੇ ਹੈ ਵੋ ਪੈਸੰਜਰ ਅਮੈਨਿਟੀਜ਼ ਮੇ ਆਤਾ ਹੈ ਔਰ ਬੇਸਿਕ ਪੈਸੰਜਰ ਅਮੈਨਿਟੀਜ਼ ਮੇ ਆਤਾ ਹੈ, ਇਹ ਸਾਰੀ ਚੀਜ਼ੇ ਅੱਜ ਬਤਾਈ ਹੈ, ਸਭ ਕੋ ਬਤਾਈ ਹੈ, ਮੇਰੇ ਸਾਥ ਆਫਿਸਰਸ ਹੈ ਜੋ ਕੰਸਰਨਡ ਆਫਿਸਰਸ ਹੈ ਜੋ ਇਹ ਸਭ ਕਾਮ ਦੇਖਤੇ ਹੈ, ਵੀ ਬੇਸਿਕ ਪੈਸੰਜਰ ਅਮੈਨਿਟੀਜ਼ ਵੀ ਸ਼ੁਡ ਗਿਵ ਐਂਡ ਵੀ ਵਿਲ ਟ੍ਰਾਈ ਵੈਰੀ ਹਾਰਡ ਟੂ ਗਿਵ ਦੈਮ ਐਜ਼ ਸੂਨ ਐਜ਼ ਪੋਸਿਬਲ। ਦੇਖ ਕੇ ਆਏ ਹੈ ਤੋ ਵੋ ਬਿਲਕੁਲ ਉਸਕੋ ਠੀਕ ਕਰਾਏਂਗੇ, ਉਸਕੋ ਸਾਰਾ ਸੁਧਾਰ ਕਰੇਂਗੇ। ਵਨ ਥਿੰਗ ਆਪ ਲੋਗ ਨੇ ਪੁਆਇੰਟ ਆਊਟ ਕੀਆ ਹੈ, ਇਟ ਇਜ਼ ਵੈਰੀ ਗੁੱਡ ਦੈਟ ਯੂ ਹੈਵ ਪੁਆਇੰਟਡ ਆਊਟ, ਵੀ ਵਿਲ ਡੈਫੀਨਿਟਲੀ ਲੁੱਕ ਐਟ ਇਟ। ਬਹੁਤ ਸਾਰੀ ਪੈਸੰਜਰ ਟ੍ਰੇਨਸ ਆਪ ਲੋਕ ਨੇ ਰੀਇੰਟਰੋਡਿਊਸ ਕਰੀ ਹੈ ਡਿਵੀਜ਼ਨ ਦੀ, 74 ਨਿਊ ਟ੍ਰੇਨਸ ਕਿਆ ਜੋ ਪੁਰਾਣੀ ਪ੍ਰੀ ਕੋਵਿਡ ਟਾਈਮ ਸੇ ਚੱਲ ਰਹੀ ਥੀ, ਜੋ ਬੰਦ ਥੀ 2 ਸਾਲ ਸੇ, ਵੋ ਅਭੀ ਰੀਸੈਂਟਲੀ ਜੁਲਾਈ ਔਰ ਅਗਸਤ ਮੇ ਸ਼ੁਰੂ ਹੋਈ ਹੈ, 74 ਸੱਚ ਟ੍ਰੇਨਸ ਹੈ ਸਟਾਰਟਡ। ਬਾਕੀ ਜੋ ਟ੍ਰੇਨਸ ਪਰਮਾਨੈਂਟ ਕਲੋਜ਼ਰ ਹੋ ਗਏ ਥੇ, ਵੋ ਦੈਟ ਵਾਜ਼ ਬਿਕੋਜ਼ ਆਫ ਪ੍ਰੋਬੇਬਲੀ ਸਮ ਆਪਰੇਸ਼ਨਲ ਫੀਜ਼ੀਬਿਲਿਟੀ ਜਾਂ ਕੁਛ ਹੈ, ਵੋ ਮੈਂ ਦੇਖ ਲੈਂਗੇ, ਵੋ ਦੇਖ ਲੈਂਗੇ ਕਿ ਕਿਸ ਕੇ ਕਾਰਨ ਬੰਦ। ਮਗਰ ਜੋ ਕੋਵਿਡ ਕੇ ਟਾਈਮ ਬੰਦ ਹੋਈ ਥੀ, ਵੋ ਸਾਰੀ ਰੈਸਟੋਰ ਹੋ ਗਈ ਹੈ। ਦੇਖਾ ਐਕਚੁਲੀ ਵਹਾਂ ਪੇ ਪਾਣੀ ਜੋ ਹੈ ਵੋ ਜਮਾ ਹੋ ਰਹਾ ਹੈ ਵਹਾਂ ਪੇ, ਜਿਸ ਕੇ ਕਾਰਨ ਥੋੜਾ ਡਿਲੇ ਹੋਤਾ ਹੈ ਲੋਡਿੰਗ ਅਨਲੋਡਿੰਗ ਮੇ, ਲੋਡਿੰਗ ਮੇ ਜ਼ਿਆਦਾ ਡਿਲੇ ਹੋਤਾ ਹੈ, ਮਗਰ ਪ੍ਰੋਪਰਲੀ ਨਹੀਂ ਕੀਆ ਜਾ ਰਹਾ, ਉਸਕਾ ਬਿਲਕੁਲ ਨਹੀਂ। ਅਭੀ ਆਏ ਹੈ, ਬਹੁਤ ਸਿਵਲ ਇੰਜੀਨੀਅਰਸ ਹੈ, ਬਹੁਤ ਸਕਮ, ਸਭ ਨੇ ਬਹੁਤ ਧਿਆਨ ਸੇ ਦੇਖਾ ਹੈ, ਵੀ ਆਰ ਟ੍ਰਾਇੰਗ ਟੂ ਕਮ ਅਪ ਵਿਦ ਅ ਸੋਲਿਊਸ਼ਨ, ਇਸ ਮੇ ਕਿਆ ਕਰ ਸਕਤੇ ਹੈ ਇਮੀਡੀਏਟ ਬੇਸਿਸ ਪੇ ਔਰ ਲੌਂਗ ਟਰਮ ਬੇਸਿਸ ਪੇ, ਦੋਨੋਂ ਬੇਸਿਸ ਪੇ ਪਲਾਨ ਬਣਾਏਂਗੇ। ਔਰ ਐਸਾ ਹੈ ਕਿ ਕੁਛ ਬਤਾਇਆ ਗਿਆ ਮੁਝੇ ਕਿ ਆਸ ਪਾਸ ਜੋ ਘਰ ਬਣੇ ਹੈ ਵੋ ਸਾਰੇ ਰੇਜ਼ ਹੋ ਗਏ, ਉਸਕੀ ਵਜ੍ਹਾ ਸੇ ਕਾਫੀ ਸਾਰਾ ਪਾਣੀ ਅੰਦਰ ਆ ਜਾਤਾ ਹੈ ਔਰ ਜਮਾ ਜਾਤਾ ਹੈ। ਮੈਮ ਇੱਕ ਛੋਟਾ ਸਾ ਸਵਾਲ ਹੈ, ਬਟ ਹਮ ਲੋਗ ਸ਼ਾਰਟ ਟਰਮ ਮੈਜਰ ਔਰ ਲੌਂਗ ਟਰਮ ਮੇ ਦੇਖ ਲੇਤੇ ਹੈ ਕਿ ਇਸ ਮੇ ਇਸ ਮੇ ਮੈਮ ਇੱਕ ਕੰਟੀਨ ਤੋ ਜ਼ਰੂਰ ਲੈ ਕੇ ਆਤੇ ਹੈ ਆਪਣਾ, ਉਨਕੇ ਲਈ ਟਰੱਕ ਕੀ ਪਾਰਕਿੰਗ ਕੀ ਜਗ੍ਹਾ ਔਨ ਸਿਵਲ ਲੈਂਡ ਜੀ ਜੀ ਜੋ ਹਮਾਰੇ ਅੰਡਰ ਨਹੀਂ ਹੈ ਉਸਕਾ।